ਦੇਸ਼ ਵਿੱਚ ਲਗਾਤਾਰ ਹੀ ਗਲੋਬਲ ਵਾਰਮਿੰਗ ਨਾਲ ਲੋਕ ਜੂਝ ਰਹੇ ਹਨ ਅਤੇ ਸਮਾਜ ਸੇਵੀ ਸੰਸਥਾਵਾਂ ਹੁਣ ਪੰਜਾਬ ਵਿੱਚ ਹਰਿਆਲੀ ਨੂੰ ਦੁਬਾਰਾ ਲਿਆਉਣ ਵਾਸਤੇ ਬਹੁਤ ਸਾਰੇ ਉਪਰਾਲੇ ਕਰ ਰਹੀਆਂ ਹਨ। ਉੱਥੇ ਹੁਣ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਵਿੱਚ 10 ਲੱਖ ਤੋਂ ਉੱਪਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ। ਉੱਥੇ ਸ਼ੁਰੂਆਤ ਦੇ ਦੌਰਾਨ ਅੰਮ੍ਰਿਤਸਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵੱਲੋਂ 20 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਸਮਾਜ ਸੇਵੀ ਸੰਸਥਾ ਵੱਲੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਲਾਈਵ ਭਾਰਤ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਹਰ ਕਨਸਟੀਚੁਐਂਸੀ ਦੇ ਵਿੱਚ ਅਸੀਂ 50,000 ਬੂਟਾ ਜਿਹੜਾ ਲਗਾ ਰਹੇ ਹਾਂ। ਪੰਜਾਬ ਦੇ ਵਿੱਚ ਫੋਰੈਸਟ ਏਰੀਆ ਜਿਹੜਾ ਬਹੁਤ ਘੱਟ ਆ ਔਰ ਸਾਡਾ ਵਾਤਾਵਰਨ ਜਿਹੜਾ ਆ ਉਹਦੇ ਵਾਸਤੇ ਰੁੱਖਾਂ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਆ। 115 ਤ੍ਰਿਵੈਣੀਆਂ ਜਿਹੜੀਆਂ ਨੇ ਹਰ ਹਲਕੇ ਦੇ ਵਿੱਚ ਲੱਗਣੀਆਂ ਨੇ। ਇਸੇ ਤਹਿਤ ਹੀ ਅੱਜ ਅਸੀਂ ਇੱਥੇ ਸੇਂਟ ਸੋਲਜਰ ਸਕੂਲ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਆ ਔਰ ਇੱਥੇ ਬੂਟੇ ਲਗਾਉਣ ਦੀ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਆ। ਜਲਦ ਅਸੀਂ ਇਸ ਜੋ ਸਾਨੂੰ ਟਾਰਗੇਟ ਦਿੱਤਾ ਗਿਆ ਹੈ ਉਹਨੂੰ ਪੂਰਾ ਕਰਾਂਗੇ। ਸਰਦਾਰ ਮੰਗਲ ਸਿੰਘ ਜੀ ਕਿਸ਼ਨਪੁਰੀ ਜਿਨ੍ਹਾਂ ਦਾ ਬਹੁਤ ਅਹਿਮ ਯੋਗਦਾਨ ਆ ਇਸ ਇਲਾਕੇ ਨੂੰ, ਉਹਨਾਂ ਨੇ ਵੀ ਇੱਕ ਆਪਦੇ ਤੌਰ 'ਤੇ ਵੀ ਇੱਕ 10,000 ਬੂਟਾ ਹੋਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਹੜੀ ਸਲਾਹੁਣਯੋਗ ਆ। ਪਾਵਨ ਚਿੰਤਨ ਧਾਰਾ ਤੋਂ ਵੀ ਸਾਡੇ ਸਹਿਯੋਗੀ ਆਏ ਨੇ, ਰੋਟਰੀ ਕਲੱਬ ਤੋਂ ਵੀ ਆਏ ਨੇ। ਸੋ ਦੇਖੋ ਵਾਤਾਵਰਨ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ ਆ। ਡਿਵੈਲਪਮੈਂਟ ਕਰਨੀ ਠੀਕ ਆ, ਡਿਵੈਲਪਮੈਂਟ ਵਿਕਾਸ ਹੋਣਾ ਚਾਹੀਦਾ, ਪਰ ਵਿਕਾਸ ਵੀ ਤਾਂ ਹੀ ਚੰਗਾ ਲੱਗਦਾ ਜੇਕਰ ਸਾਡਾ ਵਾਤਾਵਰਨ ਵੀ ਜਿਹੜਾ ਉਹ ਸ਼ੁੱਧ ਹੋਊਗਾ। ਤਾਂ ਅਸੀਂ ਦੇਖਿਆ ਕਿ ਰੋਡਸ ਦੇ ਉੱਤੇ ਵੀ ਕਈ ਵਾਰੀ ਰੁੱਖ ਜਿਹੜੇ ਨੇ ਕੱਟਣੇ ਪੈਂਦੇ ਨੇ, ਉਹਦੇ ਇਵਜ਼ ਦੇ ਵਿੱਚ ਓਨੇ ਹੀ ਰੁੱਖ ਹੋਰ ਜਿਹੜੇ ਆ ਰਾਧਰ ਡਬਲ ਜਿਹੜੇ ਲੱਗਣਗੇ ਅਤੇ ਤਾਂ ਹੀ ਸਾਡਾ ਜਿਹੜਾ ਆ ਉਹ ਵਾਤਾਵਰਨ ਸ਼ੁੱਧ ਰਹਿ ਸਕਦਾ ਹੈ। ਤੁਸੀਂ ਦੇਖਿਆ ਹੋਊਗਾ ਪਿੱਛੇ ਕੋਵਿਡ ਕਾਲ ਦੇ ਵਿੱਚ ਆਕਸੀਜਨ ਦਾ ਕਿੰਨਾ ਇਸ਼ੂ ਜਿਹੜਾ ਕ੍ਰੀਏਟ ਹੋ ਗਿਆ ਸੀਗਾ। ਇੱਕ ਇੱਕ ਸਿਲੰਡਰ ਵਾਸਤੇ ਸਾਨੂੰ ਭੱਜਣਾ ਪੈਂਦਾ ਸੀਗਾ, ਦੇਖਦੇ ਸੀਗੇ ਇੱਧਰ ਉੱਧਰ ਜਾਂਦੇ ਸੀਗੇ। ਸੋ ਉਦੋਂ ਸਾਨੂੰ ਪਤਾ ਲੱਗਿਆ ਸੀਗਾ ਕਿ ਰੁੱਖਾਂ ਦੀ ਮਹੱਤਤਾ ਕੀ ਆ, ਇੱਕ ਜਾਨ ਜਿਹੜੀ ਆ ਉਹ ਕਿਵੇਂ ਬਚ ਸਕਦੀ ਹੈ। ਸੋ ਜਿੰਨਾ ਅਸੀਂ ਵੱਧ ਤੋਂ ਵੱਧ ਇਹਨੂੰ ਵਾਤਾਵਰਨ ਨੂੰ ਬਚਾਵਾਂਗੇ। ਅੱਜ ਦੋ ਅਹਿਮ ਮੁੱਦੇ ਨੇ, ਇੱਕ ਵਾਤਾਵਰਨ ਬਚਾਉਣਾ ਅਤੇ ਇੱਕ ਧਰਤੀ ਹੇਠਲਾ ਪਾਣੀ ਬਚਾਉਣਾ। ਜੇ ਅਸੀਂ ਦੋਵੇਂ ਨਾ ਬਚਾਏ ਅੱਜ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮਾਫ਼ ਨਹੀਂ ਕਰ ਸਕਦੀਆਂ। ਸੋ ਸਾਡਾ ਇਹ ਫਰਜ਼ ਬਣਦਾ ਹੈ ਕਿ ਅੱਜ ਦੀ ਪੀੜ੍ਹੀ ਜਿਹੜੀ ਅਸੀਂ ਹੁਣ ਆ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵਾਤਾਵਰਨ ਅਤੇ ਧਰਤੀ ਹੇਠਲਾ ਪਾਣੀ ਜਿਹੜਾ ਉਹ ਜ਼ਰੂਰ ਬਚਾਈਏ। ਮੱਤੇਵਾੜੇ ਦੇ ਜੰਗਲ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਮੱਤੇਵਾੜੇ ਦੇ ਜੰਗਲ ਦੀ ਵੀ ਕਾਫ਼ੀ ਮੁੱਦੇ ਚੱਲ ਰਹੇ, ਕਾਂਗਰਸ ਦੀ ਮੁੱਦਾ ਉਠਾ ਰਹੀ ਆ। ਨਹੀਂ ਉਹ ਤਾਂ ਅਸੀਂ ਉਹ ਕਹਿ ਦਿੱਤਾ ਸੀਗਾ, ਮਾਨ ਸਾਹਿਬ ਨੇ ਉਦਣ ਹੀ ਕਹਿ ਦਿੱਤਾ ਸੀਗਾ ਕਿ ਉੱਥੇ ਕੋਈ ਇੰਡਸਟਰੀ ਜਿਹੜੀ ਆ ਇਸ ਤਰ੍ਹਾਂ ਟੈਕਸਟਾਈਲ ਇੰਡਸਟਰੀ ਆ ਰਹੀ ਸੀਗੀ, ਨਹੀਂ ਲੱਗੇਗੀ, ਮੱਤੇਵਾੜਾ ਦਾ ਜੰਗਲ ਜਿਹੜਾ ਉਵੇਂ ਹੀ ਉਹਨੂੰ ਬਚਾਇਆ ਜਾਊਗਾ। ਜਿਵੇਂ ਸੰਸਥਾ ਇਹੋ ਜਿਹੇ ਉਪਰਾਲੇ ਕਰ ਰਹੀ ਹੈ ਕਿ ਸਰਕਾਰ ਵੀ ਇਹੋ ਜਿਹੇ ਕੋਈ ਉਪਰਾਲੇ ਕਰ ਰਹੀ ਹੈ? ਨਹੀਂ, ਇਹ ਸਰਕਾਰ ਦਾ ਉਪਰਾਲਾ ਹੀ ਆ ਜੀ, ਜਿਹੜਾ ਕੈਬਨਿਟ ਦੇ ਵਿੱਚ ਹੋਇਆ ਸੀਗਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਜਿਹੜੀ ਆ ਇਹ ਚਲਾਈ ਹਰ ਹਲਕੇ ਦੇ ਵਿੱਚ 50,000 ਬੂਟਾ ਲਾਉਣ ਦੀ, ਇਹ ਸਰਕਾਰ ਦਾ ਹੀ ਜਿਹੜਾ